ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਰਦਾਰ ਜਸਵੰਤ ਸਿੰਘ ਗੁਲਾਟੀ ਜੀ। ਸਰਦਾਰ ਜਸਵੰਤ ਸਿੰਘ ਗੁਲਾਟੀ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸਰਦਾਰ ਜਸਵੰਤ ਸਿੰਘ ਗੁਲਾਟੀ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਡੀ ਬਲੋਕ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਪਾਏ ਗਏ। ਸਰਦਾਰ ਜਸਵੰਤ ਸਿੰਘ ਗੁਲਾਟੀ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਰਦਾਰਨੀ ਪਵਿੱਤਰ ਕੌਰ ਗੁਲਾਟੀ ਧਰਮ ਪਤਨੀ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਨਾ
ਆਪਣੀ ਸੰਸਥਾ ਪ੍ਰਭੂ ਨੂੰ ਭੋਗਦੇ ਹੋਏ ਸੰਸਾਰ ਦੀ ਯਾਤਰਾ ਕਰਦੇ ਹੋਏ ਕੋਈ ਦਿਨ ਪਹਿਲਾਂ ਦੇ ਚਰਨਾਂ ਜਾਗਰਣ ਦੇ ਪਾਤਸ਼ਾਹ ਜੀ ਤਿੰਨਾਂ ਦੇ ਅੰਤਮ ਅਰਦਾਸ ਨੂੰ ਮੁੱਖ ਰੱਖਦੇ ਹਾਂ। ਤਿੰਨਾਂ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਦੇ ਚਰਨ ਪਵਾ ਕੇ ਸ੍ਰੀ ਅਖੰਡ ਪਾਠ ਰਾਮ ਕਰਵਾ ਕੇ ਭੋਗ ਪਵਾਇਆ ਗਿਆ ਜੀ। ਬੋਲੇ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ ਦੇ ਨਿਵਾਸ ਦੇਵੇ ਔਰ ਬਾਬਾ ਗੁਰੂ ਦੇ ਚਰਨ ਤੋਂ
ਇਹਨਾਂ ਨੂੰ ਮੁਕਤ ਕਰੀ, ਤਾਂ ਕਿ ਬਹੁਤ ਅੱਛੀ ਸੋਚ ਸੀ, ਬਹੁਤ ਅੱਛੀ ਆਤਮਾ ਸੀ, ਬੜੇ ਸੁੱਚੇ ਸੁੱਚੇ ਇਨਸਾਨ ਸੀ। ਇਹੋ ਜਿਹੇ ਇਨਸਾਨ ਨੂੰ ਦੁਬਾਰਾ ਆਉਣ ਗਾਉਣ ਦੇ ਚੱਕਰ ਤੋਂ ਪਰਮਾਤਮਾ ਜਿਹੜਾ ਉਹ ਲਾਭ ਪਾਵੇ ਔਰ ਆਪਣੇ ਚਰਨਾਂ ਦੀ ਦੁਆਸ ਦੇਵੇ। ਇਹ ਅਰਦਾਸ ਹੈ ਮੇਰੀ ਗੁਰੂ ਸਾਹਿਬ ਤੋਂ ਅੱਗੇ, ਔਰ ਤੁਹਾਡੇ ਸਾਰਿਆਂ ਵੱਲੋਂ ਵੀ ਮੈਂ ਅਰਦਾਸ ਕਰਦਾ ਹੈ। ਸੰਬਤ ਸਾਹਾ ਲਿਖਿਆ, ਬਿਲਕੁਲ ਪਾਵੋ ਤੇਲ ਦਿਓ ਸੱਚਣੇ ਸਿਸਟਰੀਆਂ ਜੋ ਹੋਵੇ ਸਾਹਿਬ ਸੁਣੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੋਰੀ ਮੈਂ ਚੋਰ ਨਾਲ ਜਾਇਆ।
ਗੱਤ ਮੈਂ Oh.
Yeah.
ਦੇਸਰਾ ਦਾ ਨਾਇਆ ਰਾਖਾ ਦਾ ਸਰਬ ਜਗਤ ਚੰਗੀਆਂ ਜਾਂ ਬੁਰੀਆਂ ਨਿਆਂ ਵਾਚਨ ਪ੍ਰਵਾਦ ਕਰਮੀਆਂ ਕੋ ਆਪਣੀ ਨਹੀਂ ਕੇ ਨੇੜੇ ਕੇ ਦੂਰੇ ਜਿਨੀ ਨਾਮ ਤੇਰਾ ਕੇ ਮਿਸ਼ਨ ਕਰਤਾ ਨਾਨਕ ਦੇ ਵਿੱਚ ਕੇਤੀ ਸਗਲ ਸਮਗਰੀ ਤੁਮ ਸੂਤਰ ਧਾਰੀ ਤੁਮ ਤੁਮਰੀ ਦਾਤ ਮਿਤ ਤੁਮੀ ਜਾਨੀ ਬੋਲਾ ਦੀਵਾ No.
ਉਹ ਵਰਡਿੰਗ ਯਾਦ ਕਰਦੇ ਸੀ ਕਿ ਫਲਾਣੇ ਪੇਜ ਤੇ ਫਲਾਣੀ ਜਗ੍ਹਾ ਫਲਾਣੀ ਤੱਕ ਫਾਈਲ ਪਈ ਇੰਨੇ ਇੰਟੈਲੀਜੈਂਟ ਇੰਨੇ ਵਧੀਆ ਇਨਸਾਨ ਅੱਜ ਦੇ ਜ਼ਮਾਨੇ 'ਚ ਮਿਲਣੇ ਮੁਸ਼ਕਲ ਨੇ ਔਰ ਜਿੰਨੀ ਲੰਬੀ ਬਿਮਾਰੀ ਦੇ ਨਾਲ ਇਹ ਜੂਝੇ ਨੇ ਜਿੰਨਾ ਇਹਨਾਂ ਨੇ ਕਸ਼ਟ ਭੋਗਿਆ ਮੈਂ ਸ਼ਾਬਾਸ਼ ਦਿੰਦਾ ਇਹਨਾਂ ਦੇ ਬੇਟਿਆਂ ਨੂੰ ਵੀ ਇਹਨਾਂ ਦੇ ਧਰਮ ਪਤਨੀ ਸਾਰੇ ਪਰਿਵਾਰ ਨੂੰ ਉਹਨਾਂ ਨੇ ਵੀ ਬੜੀ ਸੇਵਾ ਕੀਤੀ ਔਰ ਇਹਨਾਂ ਦਾ ਭਾਰ ਵੀ ਬਹੁਤ ਘੱਟ ਗਿਆ ਸੀ ਪਰ ਮੈਂ ਸਮਝਦਾ ਕਿ ਆਪਣੀ ਬਿਮਾਰੀ ਨਾਲ ਇੰਨਾ ਲੰਬਾ ਹੈ ਤਾਂ ਹੀ ਜੂਝਦੇ ਰਹੇ ਕਿ ਵਿਲ ਪਾਵਰ ਬਹੁਤ ਸਟਰੋਂਗ ਸੀ ਅਸੀਂ ਕਈ ਵਾਰ ਮਿਲਣਾ ਤਾਂ ਮੈਨੂੰ ਉੱਥੋਂ ਆਪ ਮਹੀਨੇ 'ਚ ਇੱਕ ਦੋ ਵਾਰੀ ਫੋਨ ਕਰਦਾ ਬਿਲ ਦੇ ਫੋਨ ਵਿੱਚ ਕਈ ਵਾਰ ਘਬਰਾ ਜਾਣਾ ਲੇਕਿਨ ਜਦੋਂ ਉਹਨਾਂ ਦੀ ਆਵਾਜ਼ ਸੁਣਨੀ ਤਾਂ ਬਹੁਤ ਚੰਗਾ ਲੱਗਣਾ ਬਹੁਤ ਪਿਆਰ ਕਰਦੇ ਸੀ ਬਹੁਤ ਸਤਿਕਾਰ ਦਿੰਦੇ ਸੀ ਐਸੀ ਸਿਫਤਾਂ ਬਹੁਤ ਘੱਟ ਮਿਲਦੀਆਂ ਨੇ ਔਰ ਇਹ ਆਪਣੀ ਬਿਮਾਰੀ ਨਾਲ ਆਪਣੀ ਵਿਲ ਪਾਵਰ ਕਰਕੇ ਇਹਨਾਂ ਨੂੰ ਚੂਸ ਗਏ ਸੋ ਮੈਂ ਸਮਝਦਾ ਕਿ ਜਿੱਥੇ ਇਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਹੋਇਆ ਹੋਇਆ ਬਹੁਤ ਵੱਡੀ ਖੜੀ 'ਚੋਂ ਗੁਜ਼ਰੇ ਨੇ ਦੁੱਖੀ ਖੜੀ 'ਚੋਂ ਸਾਡਾ ਖਾਲਸਾ ਪਰਿਵਾਰ ਵੀ ਇਹਨਾਂ ਨੂੰ ਹਮੇਸ਼ਾ ਯਾਦ ਰੱਖੇਗਾ ਔਰ ਸਾਡੀਆਂ ਖਾਲਸਾ ਸੰਸਥਾਵਾਂ ਦੇ ਸਾਰੇ ਇੰਪਲਾਈ ਔਰ ਮੈਂਬਰ ਅਸੀਂ ਸਾਰੇ ਇਹਨਾਂ ਦੀ ਗੱਲ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋਏ ਔਰ ਮੈਂ ਉਹ ਸਭ ਨੂੰ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਆਵਾਗਮਨ ਦੇ ਚੱਕਰ ਤੋਂ ਇਹਨਾਂ ਨੂੰ ਮੁਕਤ ਕਰੇ ਤਾਂ ਕਿ ਬਹੁਤ ਅੱਛੀ ਸੋਚ ਸੀ ਬਹੁਤ ਅੱਛੀ ਆਤਮਾ ਸੀ ਬੜੇ ਸੁੱਚੇ ਸੁੱਚੇ ਇਨਸਾਨ ਸੀ ਇਹੋ ਜਿਹੇ ਇਨਸਾਨ ਨੂੰ ਦੁਬਾਰਾ ਆਉਣ ਗਾਉਣ ਦੇ ਚੱਕਰ ਤੋਂ ਪਰਮਾਤਮਾ ਜਿਹੜਾ ਉਹ ਲਾਭ ਪਾਵੇ ਔਰ ਆਪਣੇ ਚਰਨਾਂ 'ਚ ਨਿਵਾਸ ਦੇਵੇ ਇਹ ਅਰਦਾਸ ਹੈ ਮੇਰੀ ਗੁਰੂ ਸਾਹਿਬ ਤੇ ਅੱਗੇ ਔਰ ਤੁਹਾਡੇ ਸਾਰਿਆਂ ਵੱਲੋਂ ਵੀ ਮੈਂ ਅਰਦਾਸ ਕਰਦਾ ਹੈ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਚਣ ਸਿਸਰੀਆਂ ਜੋ ਹੋਵੇ ਸਾਹਿਬ ਸੋ ਹੋਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।